ਸਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਚੈਨਲ ਦੇ ਉੱਪਰ ਅੱਜ ਅਸੀਂ ਦੱਸਾਂਗੇ ਤੁਹਾਨੂੰ ਕਲੀਓਪੈਟਰਾਂ ਦਾ ਬਿਊਟੀ ਸੀਕ੍ਰੀਟ ਜੀ ਹਾਂ ਇਹ ਪੌਦਾ ਤੁਸੀਂ ਘਰ ਦੇ ਵਿੱਚ ਉਹ ਗਾਇਆ ਵੀ ਹੋਏਗਾ ਵਰਤਿਆ ਵੀ ਹੋਏਗਾ ਅੱਜ ਅਸੀਂ ਦੱਸਾਂਗੇ ਤੁਹਾਨੂੰ ਇਹਦੇ ਕੁਝ ਵਿਗਿਆਨਿਕ ਤੱਥ ਕਿਵੇਂ-ਕਿਵੇਂ ਕੰਮ ਕਰਦਾ ਉਸ ਤੋਂ ਪਹਿਲਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਦਬਾਓ ਬੈਲ ਆਈਕਨ ਅਸੀਂ ਗੱਲ ਕਰ ਰਹੇ ਹਾਂ ਐਲੋਵੇਰਾ ਬਾਰੇ ਐਲੋ ਬਾਰਬੀਡੈਂਸਿਸ ਇਹਦਾ ਸੈਂਟੀਫਿਕ ਨੇਮ ਹੈ ਇਹਨੂੰ ਇੰਡੀਅਨ ਲੈਂਗੁਏਜਸ ਦੇ ਵਿੱਚ ਕ੍ਰਿਤ ਕੁਮਾਰੀ ਜਾਂ ਕੀ ਕੁਮਾਰੀ ਵੀ ਕਹਿੰਦੇ ਆ ਪੰਜਾਬੀ ਦੇ ਵਿੱਚ ਇਹਨੂੰ ਆਪਾਂ ਕੁਵਾਰਗੰਦਲ ਦੇ ਨਾਮ ਨਾਲ ਜਾਣਦੇ ਆਂ ਕੁਵਾਰਗੰਦਲ ਦੇ ਅੰਦਰ ਕੋਈ 75 ਤਰ੍ਹਾਂ ਦੇ ਆਪਣੇ ਕੰਮ ਦੇ ਜਿਹੜੇ ਆ ਕੰਪਾਉਂਡਸ ਮਿਲਦੇ ਆ ਫੋਰ ਐਗਜ਼ਾਮਪਲ ਵਿਟਾਮਿਨਸ ਹੋਗੇ ਵਿਟਾਮਿਨਸ ਦੇ ਵਿੱਚ ਬੀਟਾ ਕੈਰੋਟਨ ਹੋ ਗਿਆ ਵਿਟਾਮਿਨ ਬੀ12 ਹੋ ਗਿਆ ਫੋਲਿਕ ਐਸਿਡਸ ਹੋਗੇ ਵਿਟਾਮਿਨ ਈ ਹੋ ਗਿਆ ਇਹ ਸਾਰੇ ਇਹਦੇ ਅੰਦਰ ਮਿਲਦੇ ਆ ਇਸ ਤੋਂ ਇਲਾਵਾ ਇਹਦੇ ਅੰਦਰ ਕਈ ਤਰ੍ਹਾਂ ਦੇ ਇੰਪੋਰਟੈਂਟ ਐਨਜ਼ਾਈਮਸ ਮਿਲਦੇ ਆ ਜਿਵੇਂ ਕਿ ਅਮਾਈਲੇਜ ਹੋ ਗਿਆ ਜਿਵੇਂ ਐਂਡ ਬਰੇਡੀਕਾਈਨੇਜ ਹੋ ਗਿਆ ਬਰੇਡੀਕਾਈਨੇਜ ਕੀ ਕਰਦਾ ਹੈ ਸਾਡੀ ਸਕਿਨ ਦੇ ਅੰਦਰ ਕੋਈ ਇਨਫਲੇਮੇਸ਼ਨ ਹੈ ਜਾਂ ਉਹਨੂੰ ਕੋਈ ਲਾਲੀ ਹੋ ਰਹੀ ਹੈ ਸਕਿਨ ਦੇ ਉੱਪਰ ਚਮੜੀ ਦੇ ਉੱਪਰ ਉੱਥੇ ਇਹਨੂੰ ਲਗਾ ਸਕਦੇ ਆ ਉਹ ਸਾਡੀ ਇਨਫਲੇਮੇਸ਼ਨ ਨੂੰ ਘੱਟ ਕਰੇਗਾ ਇਸੇ ਤਰ੍ਹਾਂ ਦੇ ਐਲੋਵੇਰਾ ਦੇ ਯੂਸੇਸ ਆ ਇਹਦੀ ਜੋ ਜੈੱਲ ਇਹਦੇ ਵਿੱਚ ਮਿਲਦੀ ਉਹਨੂੰ ਆਪਾਂ ਡਾਇਰੈਕਟਲੀ ਸਕਿਨ ਤੇ ਲਗਾ ਸਕਦੇ ਹੁੰਦੇ ਆ ਸਕਿਨ ਤੇ ਲਗਾਉਣ ਨਾਲ ਕੀ ਆਉ ਉਹ ਸਕਿਨ ਨੂੰ ਮੋਇਸਚਰਾਈਜ਼ ਰੱਖਦੀ ਆ ਉਹਨੂੰ ਯੂਵੀ ਐਂਡ ਗਾਮਾ ਰੇਜ਼ ਜੋ ਧੁੱਪ ਦੇ ਵਿੱਚੋਂ ਮਿਲਦੀਆਂ ਉਹਨਾਂ ਤੋਂ ਉਹਨੂੰ ਬਚਾ ਕੇ ਰੱਖਦੀ ਆ ਹੋਰ ਇਹਦੇ ਕਈ ਤਰ੍ਹਾਂ ਦੇ ਫਾਇਦੇ ਦੇਖੇ ਗਏ ਨੇ ਐਸਡੀਟੀ ਦੇ ਵਿੱਚ ਤਜ਼ਾਬ ਦੇ ਵਿੱਚ ਇਹਦੇ ਫਾਇਦੇ ਦੇਖੇ ਗਏ ਨੇ ਅਲਸਰਜ਼ ਹੈ ਪੇਟ ਦੇ ਉਹਦੇ ਵਿੱਚ ਵੀ ਇਹਦੇ ਫਾਇਦੇ ਦੇਖੇ ਗਏ ਆ ਇਸ ਤੋਂ ਇਲਾਵਾ ਇੱਕ ਲੈਗਜ਼ੇਟਿਵ ਦੇ ਤੌਰ ਤੇ ਕੰਮ ਕਰਦਾ ਜਾਨੀ ਕਿ ਤੁਹਾਡੀ ਕਬਜ਼ ਠੀਕ ਕਰਨ ਦੇ ਵਿੱਚ ਹੈਲਪ ਕਰਦਾ ਇਮਿਊਨਿਟੀ ਬੂਸਟਰ ਹੈ ਸੋ ਇਹਦੀਆਂ ਐਂਟੀਮਾਈਕਰੋਬੀਅਲ ਬਾਰੇ ਪ੍ਰੋਪਰਟੀਆਂ ਬਾਰੇ ਵੀ ਕੋਈ ਸ਼ੱਕ ਨਹੀਂ ਹੈ ਐਂਟੀਮਾਈਕਰੋਬੀਅਲ ਹੈ ਐਂਟੀਬੈਕਟੀਰੀਅਲ ਹੈ ਐਂਟੀਵਾਇਰਲ ਹੈ ਇਸ ਲਈ ਕੋਈ ਇਨਫੈਕਸ਼ਨਜ਼ ਵਗੈਰਾ ਪੇਟ ਦੀਆਂ ਇਨਫੈਕਸ਼ਨਜ਼ ਵਗੈਰਾ ਉਹਨਾਂ ਦੇ ਵਿੱਚ ਇਹਦੇ ਹਜ਼ਾਰਾਂ ਜਿਹੜੇ ਆ ਫਾਇਦੇ ਦੇਖੇ ਗਏ ਆ ਸੋ ਇਮਿਊਨਿਟੀ ਬੂਸਟਰ ਵੀ ਆ ਇੱਕ ਫ੍ਰੀ ਦਾ ਟੋਨਿਕ ਵੀ ਆ ਸੋ ਜੋ ਜਿਮ ਜਾਂਦੇ ਆ ਬੰਦੇ ਉਹ ਜੋ ਸ਼ੇਕ ਵਗੈਰਾ ਬਣਾ ਰਹੇ ਆ ਆਪਾਂ ਕੋਈ ਸਮੂਦੀ ਬਣਾ ਰਹੇ ਆ ਉਹਦੇ ਵਿੱਚ ਐਲੋਵੀਰਾ ਥੋੜੀ ਜੀ ਜੈਲ ਐਡ ਕਰ ਸਕਦੇ ਆ ਜੋ ਕਿ ਤੁਹਾਡੀ ਹੈਲਥ ਨੂੰ ਬੂਸਟ ਕਰੇਗਾ ਇਸ ਤੋਂ ਇਲਾਵਾ weight loss ਦੇ ਵਿੱਚ ਇਹਦੇ ਯੂਸੇਸ ਦੇਖੇ ਗਏ ਨੇ ਸੋ ਇਹਨੂੰ ਯੂਜ਼ ਕਰਨ ਦੇ ਇਹੀ ਤਰੀਕੇ ਨੇ ਇਹਦਾ ਜੈਲ ਡਾਇਰੈਕਟਲੀ ਵਰਤੀ ਜਾ ਸਕਦੀ ਐ ਸਕਿਨ ਦੇ ਉੱਪਰ ਲਾਈ ਜਾ ਸਕਦੀ ਐ ਜਾਂ ਖਾਦੀ ਵੀ ਜਾ ਸਕਦੀ ਐ ਇਸ ਤੋਂ ਇਲਾਵਾ ਜੇ ਥੋੜਾ ਸੇਫ ਰਹਿਣਾ ਚਾਹੁੰਦੇ ਹੋ ਤਾਂ ਮਾਰਕੀਟ ਦੇ ਵਿੱਚ ਵੀ ਇਹਦੇ ਕਈ ਰੈਡੀਮੇਡ ਪ੍ਰੋਡਕਟਸ ਮਿਲਦੇ ਨੇ ਕਈ ਤਰ੍ਹਾਂ ਦੀਆਂ ਕੰਪਨੀਆਂਜ਼ ਐਲੋਵੇਰਾ ਜੈਲ ਨੂੰ ਹਜ਼ਾਰਾਂ ਤਰ੍ਹਾਂ ਦੇ ਪ੍ਰੋਡਕਟਸ ਦੇ ਵਿੱਚ ਵਰਤਦੀਆਂ ਸੋ ਇਹ ਸੀ ਇਹਦੇ ਮੇਨ ਮੇਨ ਫਾਇਦੇ ਸੋ ਮਿਲਾਂਗੇ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ ਚੈਨਲ ਨੂੰ ਕਰੋ ਸਬਸਕ੍ਰਾਈਬ ਤਦ ਤੱਕ ਲਈ ਸਸ਼ੀ ਗਾਲੀ